इंज लग रहा जिवें पंजाब सरकार ते भी दिल्ली जिहड़ी दिल्ली दी सरकार है देश दी सरकार है दबाव बना रही है कि तुसी जिवें ना किवें करके ये रेलां खुलवाओ रेलां साडियां चलनियां चाहीदियां ने। आम आदमी पार्टी लगातार मंग कर रही है नाल दी नाल कि इस मामले की जिहड़ी जांच है ये उच्च पद्धरी होनी चाहीदी आ। इस तरीके दे नाल जांचां नूं विरोधी पार्टियां नहीं मानदियां हुंदियां। ਕੈਪਟਨ ਸਾਹਿਬ ਨਾ ਆਪਦੀ ਭਰੋਸੇ ਯੋਗਤਾ ਗਵਾ ਬੈਠੇ ਨੇ ਹੁਣ ਖਸਾਨਾ ਚ ਜੀ। ਉਹਦਾ ਸਰ ਕਿਹਾ ਭਾਵੇਂ ਬਿਲਕੁਲ ਸਹੀ ਵੀ ਹੋਵੇ ਕਿਸੇ ਨੇ ਮੰਨਣਾ ਨੀ ਕਿਉਂਕਿ ਇਹ ਤਾਂ ਬੰਦਾ ਗੁਟਕਾ ਸਾਹਿਬ ਚੁੱਕ ਕੇ ਮੁਕਰ ਗਿਆ ਇਹਦੇ ਤੇ ਕੀ ਆਸ ਰੱਖੀ ਜਾ ਸਕਦੀ ਹੈ ਜੀ। ਉਹ ਕਹਿੰਦਾ ਜੀ ਇਹ ਤਾਂ 3 ਸਾਲ ਬਾਅਦ ਹੈ ਕੈਪਟਨ ਵੀ ਕਿਹਾ 3 ਸਾਲ ਦੇ ਮੰਤਰੀ ਤੁਹਾਡਾ ਕਿਹੜਾ ਪਹਿਲਾਂ ਦਾ ਆਇਆ ਜਿਹਨੂੰ ਮੁੱਖ ਮੰਤਰੀ ਉਸੇ ਵਿੱਤ ਮੰਤਰੀ ਬਣਾ ਰਿਹਾ ਵਿੱਤ ਮੰਤਰੀ ਨਾ ਹੀ ਬੈਠੇ ਹੋ ਬਿਲਕੁਲ ਉਹ ਕਿਹੜਾ ਬਾਹਰ ਜਿੱਦਾਂ ਪਹਿਲਾਂ ਆਇਆ ਹੈਗਾ ਮੁਲਾਜ਼ਮਾਂ एक लख नौकरियां दवांगे उन्हां नूं कहिंदे जी लॉकडाउन दे विच जिहड़े प्राइवेट काम करदे सी नौजवान या कोई भी व्यक्ति प्राइवेट काम करदा सी कहिंदे वी उन्हां दीआं नौकरियां चलियां गईआं ते हुण असीं इह सोच रहे हां वी उन्हां नूं सैट करन दे लई जिहड़े सरकारी विभागां दे विच एक लख असामी खाली पई आ कहिंदे असीं उह हुण भर देंगे। ਸੰਦੀਪ ਸੰਧੂ ਜੀ ਜਾਂ ਮੰਤਰੀ ਬਾਦਲ ਜੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਬੇਨਤੀਆਂ ਕਰ ਰਹੇ ਨੇ ਜੀ ਕਿ ਉਹ ਲਾਈਨਾਂ ਤੋਂ ਉੱਠ ਜਾਣ। ਮੈਨੂੰ ਇਹਨੇ ਸਮਝ ਆਉਂਦੀ ਵੀ ਇਹ ਸੈਂਟਰ ਨਾਲ ਗੱਲ ਕਿਉਂ ਨਹੀਂ ਕਰਦੇ ਹੈਗੇ ਜਾ ਕੇ। ਇਹ ਲੱਗਦਾ ਵੀ ਜਿਹੜੇ ਕੈਪਟਨ ਨੇ ਖਾਕੀ ਮਿਕਸਚਰ ਪਾਈ ਹੋਈ ਹੈ ਨਾ ਸੰਘ ਵਾਲੀ ਉਹ ਸਾਫ਼ ਦਿਖਣ ਲੱਗ ਗਈ। ਹੁਣ ਜਾਂ ਤਾਂ ਮੋਦੀ ਦੀ ਕੋਈ ਘੁਰਕੀ ਹੈ ਜਾਂ ਕੋਈ ਲਾਲਚ ਹੈ। ਪੰਜਾਬ ਦੇ ਕਾਂਗਰਸੀਆਂ ਦੀ ਖਾਕੀ ਨਿਕਰ ਸਾਫ਼ ਦਿਖਣ ਲੱਗ ਪਈ ਹੈ। ਖੈਰ ਜਿਹੜੇ ਸਮਝਣ ਵਾਲੇ ਨੇ ਜੀ ਉਹ ਸਮਝ ਜਾਣਗੇ ਤੁਹਾਡੇ ਕਮੈਂਟ ਨੂੰ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਟੀਵੀ ਦੇਖ ਰਹੇ ਸਾਡੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਤੇ ਮੈਂ ਰਾਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਆਪ ਜੀ ਦੇ ਅੱਗੇ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਸੋ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਅਮਰੀਕਾ ਦੇ ਵਿੱਚ ਗਲੋਬਲ ਪੰਜਾਬ ਟੀਵੀ 'ਤੇ ਦੇਖ ਰਹੇ ਹੋ, ਕੈਨੇਡਾ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 'ਤੇ। ਇਸ ਤੋਂ ਇਲਾਵਾ ਇਸ ਮੌਕੇ ਫੇਸਬੁੱਕ ਦੇ ਉੱਪਰ ਵੀ ਗਲੋਬਲ ਪੰਜਾਬ ਟੀਵੀ ਦੇ ਪੇਜ 'ਤੇ ਜਾ ਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਲਾਈਵ ਜੁੜ ਸਕਦੇ ਹੋ। ਅਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਵਿਚਾਰ ਆਉਂਦੇ ਨੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਰਾਹੀਂ ਜਿਹੜੇ ਆਪਣੇ ਜਿਹੜੇ ਵਿਚਾਰ ਨੇ ਜੀ ਉਹ ਜ਼ਰੂਰ ਭੇਜੋ। ਅਤੇ ਇਸ ਦੇ ਨਾਲ ਹੀ ਸਾਡੇ ਯੂਟਿਊਬ ਦੇ ਚੈਨਲ ਪੰਜਾਬੀ 'ਤੇ ਵੀ ਇਸ ਸਮੇਂ ਤੁਸੀਂ ਸਾਡੇ ਪ੍ਰੋਗਰਾਮ ਗਲੋਬਲ ਗੱਲਬਾਤ ਨੂੰ ਲਾਈਵ ਦੇਖ ਰਹੇ ਹੋ। ਇੱਥੇ ਵੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ, ਆਪਣੇ ਵਿਚਾਰ ਕਮੈਂਟਾਂ ਦੇ ਰਾਹੀਂ ਭੇਜ ਸਕਦੇ ਹੋ। ਸੋ ਸਾਨੂੰ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ ਜਿਹੜੇ ਦਰਸ਼ਕ ਸਾਨੂੰ ਕਾਲ ਕਰਨੀ ਚਾਹੁੰਦੇ ਨੇ। ਅਤੇ ਭਾਰਤ ਦੇ ਜਿਹੜੇ ਦਰਸ਼ਕ ਨੇ ਜੇਕਰ ਉਹ ਕਾਲ ਕਰਨੀ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਨੰਬਰ ਹੈ 0175-5000-156। ਅਤੇ ਜਿਹੜੇ ਦਰਸ਼ਕ ਭਾਰਤ ਤੋਂ ਬਾਹਰ ਹੋਰਨਾਂ ਮੁਲਕਾਂ ਤੋਂ ਬਹਿ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਜੁੜ ਰਹੇ ਨੇ ਅਤੇ ਸਾਨੂੰ ਕਾਲ ਕਰਨੀ ਚਾਹ ਰਹੇ ਨੇ, ਉਹਨਾਂ ਦੇ ਲਈ ਨੰਬਰ ਹੈ ਜੀ 888-983-2656। ਇਹ ਲਗਾਤਾਰ ਅਸੀਂ ਇਹ ਦੋਨੋਂ ਨੰਬਰ ਸਕਰੀਨ 'ਤੇ ਫਲੈਸ਼ ਵੀ ਕਰਦੇ ਹਾਂ ਜੀ। ਸੋ ਜਿਨ੍ਹਾਂ ਦਰਸ਼ਕਾਂ ਦੇ ਕੋਲ ਹਾਲੇ ਤੱਕ ਸਾਡਾ ਨੰਬਰ ਨਹੀਂ ਹੈ ਉਹ ਨੋਟ ਕਰ ਸਕਦੇ ਨੇ। ਸੋ ਆਓ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਜੀ, ਗੱਲਬਾਤ ਕਰਦੇ ਹਾਂ ਅੱਜ ਕਿਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨੀ ਆ। ਵੈਸੇ ਸ਼ਨੀਵਾਰ ਦਾ ਅੱਜ ਦਿਨ ਆ ਅਤੇ ਆਪ ਸਭ ਨੂੰ ਪਤਾ ਕਿ ਸਾਡਾ ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ੁਰੂ ਹੋ ਕੇ ਸ਼ਨੀਵਾਰ ਤੱਕ ਹਰ ਹਫ਼ਤੇ ਚੱਲਦਾ ਲਗਾਤਾਰ 5 ਦਿਨ, ਅਤੇ ਸ਼ਨੀਵਾਰ ਸਾਡਾ ਹਫ਼ਤੇ ਦਾ ਆਖਰੀ ਦਿਨ ਹੁੰਦਾ। ਅਤੇ ਇਸ ਕਰਕੇ ਅੱਜ ਹਫ਼ਤੇ ਦੇ ਆਖਰੀ ਦਿਨ ਹੋਣ ਕਾਰਨ ਅਸੀਂ ਆਪਣੇ ਵੱਲੋਂ ਜਿਹੜੇ ਵਿਸ਼ੇ ਨੇ ਮੁੱਦੇ ਨੇ ਉਹ ਤਾਂ ਅਸੀਂ ਲੈ ਕੇ ਆਇਆ। ਸੋ ਸ਼ਨੀਵਾਰ ਦੇ ਕਰਕੇ ਅਸੀਂ ਥੋੜ੍ਹਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਜੇਕਰ ਉਹ ਆਪਣੇ ਵੱਲੋਂ ਕੋਈ ਪੰਜਾਬ ਦੀ ਬਿਹਤਰੀ ਦੇ ਲਈ ਜਾਂ ਹੋਰ ਕਿਸੇ ਮੁੱਦੇ 'ਤੇ ਜਿਹਦੇ ਵਿੱਚ ਪੰਜਾਬ ਦੀ ਗੱਲ ਹੋਵੇ, ਪੰਜਾਬ ਦੇ ਵਿਕਾਸ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੀਆਂ ਮੁਸ਼ਕਲਾਂ ਦੀ ਗੱਲ ਹੋਵੇ, ਉਹ ਸਾਨੂੰ ਦਰਸ਼ਕ ਵੀ ਸਾਂਝੇ ਕਰ ਸਕਦੇ ਨੇ। ਸੋ ਇਹ ਸ਼ਨੀਵਾਰ ਦੇ ਲਈ ਅਸੀਂ ਖਾਸ ਆਪਣੇ ਦਰਸ਼ਕਾਂ ਦੇ ਲਈ ਇਹ ਰੱਖਿਆ ਜੀ। ਅਤੇ ਗੱਲਬਾਤ ਕਰਦੇ ਹਾਂ, ਸ਼ੁਰੂ ਤੋਂ ਗੱਲ ਅੱਜ ਮੈਂ ਕਰੂੰਗਾ ਜੀ ਉੱਘੇ ਵਕੀਲ ਪ੍ਰਸ਼ਾਂਤ ਕਿਸ਼ੋਰ ਜੀ ਦੀ।
अज चंडीगढ़ दे विच सैमीनार सी उत्थे प्रशांत किशोर जी आए सी ते उन्होंने कुछ गल्लां कहीं वो मैं तुहाडे नाल सांझियां करना चाहुंदा क्योंकि उन्होंने गल्लां बड़ियां वधियां कहीं ने लेकिन सब तो पहला ये दस दिंदे आ कि अज जे असी जिहड़े विषयां ते असी गलबात करनी आ वो यही है कि जिस तरीके दे नाल हुण किसान पिछले अनेकां दिनां तों रेलां रोक के प्रोटेस्ट कर रहे ने ते हुण किते ना किते पंजाब सरकार नूं भी फिक्र पै गया काफ़ी गल्लां दा फिक्र पै गया ते इंज लग रहा जिवें पंजाब सरकार ते भी दिल्ली जिहड़ी दिल्ली दी सरकार है देश दी सरकार है वो दबाव बना रही है कि तुसी जिवें ना किवें करके ये रेलां खुलवाओ रेलां साडियां चलनियां चाहीदियां ने क्योंकि जम्मू कश्मीर तक ये रेलवे लाइन जाती है तो पंजाब दे विच हुणे सेवा ठप्प है इत्थों होके अगे तां ही जाएगी गड्डी जेकर पंजाब दे किसान रेलवे लाइनां तों उठणगे। सो साफ तौर पर नज़र आ रहा जी कि हुण पंजाब सरकार एक पूरी प्लैनिंग दे नाल चल रही है तो किसानां नूं जिवें ना किवें हुण रेलवे लाइनां तों हटाउण दी कोशिश कर रही है लगातार अपीलां कीतियां जा रहियां ने कि मुख मंत्री होण कि होर कैबिनेट दे मंत्री होण कि विधायक होण सारे किसानां नूं हुण अपीलां करन दे विच लगे ने। कैप्टन अमरिंदर सिंह ने तो अपने सियासी सलाहकार कैप्टन संदीप संधू की ड्यूटी भी खास करके लाती है कि तुसी गलबात करो किसानां दे नाल ते उन्हां नूं मनाओ। तो जिहड़ी सब तो वड्डी गल सामने आ रही है जी वो ये है कि लगातार यही कहाया जा रहा है कि थर्मल प्लांटां दे विच कोला घट गया एक अद्धे दिन का असी तीन चार दिन हो गए जी असी देख रहे हैं तीन दिन पहला भी ये बयान आया सीगा कि थर्मल प्लांटां दे कोल दो क दिन का ही कोला बाकी है तो अज तीन दिन तो वैसे ही निकल गए ने हजे तक सब सुख शांति दे नाल बिजली साडी चल रही है पर हाँ कट जरूर पंजाब दे विच लगने शुरू हो गए ने शायद ये किते ना किते बिजली विभाग भी हुण दिखाउणा चाह रहा कि बिजली घट होण लग गई है इस करके जिहड़े कट ने वो वध लगणे। हालांकि PSPCL दे अधिकारी जेकर गल करिए तां उहनां दे नाल गलबात साडी हुई सी ते वो कहिंदे आ कि हले इस तरह की कोई गल नहीं कि कोला घट रहा वो कहिंदे हजे 6 तों 7 दिन यानी कि एक हफ्ते तक का कोला हजे थर्मल प्लांटां दे कोल हैगा। वो कहिंदे जे कोला खत्म भी हो गया फिर भी कोई गल नहीं साडे समझौते किए हुए ने बाकी स्टेटां दे नाल ते असी उत्थों खरीद लेनी है वो कहिंदे कि वह तो सानू सस्ती भी पैंदी है जिहड़ी असी घर दे विच बनाउने आ पंजाब दे विच वो बिजली महंगी पैंदी है जिहड़ी असी बाहरों खरीदते हैं दूसरे राज्यां तों वो सस्ती पैंदी है वो कहिंदे असी वह भी खरीद लाँगे पर सरकार होर पासे होर ट्रैक ते चल रही है। सो इस बारे भी असी गलबात अज करांगे जी। तो दूसरा यह दस दिंदे आ कि दलित भाईचारे वाल्मीकि समाज के वलों संत समाज के नाल मिलकर अज पूरे पंजाब दे विच सवेर के 10 बजे तो लैके दोपहर के 1 बजे तक पंजाब बंद रखा गया जी विरोध किया। दलित भाईचारे ने दलित समाज ने पोस्ट मैट्रिक स्कॉलरशिप घोटाले का जिस तरीके दे नाल एक घोटाला उठाया मंत्री साधु सिंह धर्मसोत का नाम विच आया तो फिर कुछ दिन जांच चली है जांच तो बाद जिहड़ी क्लीन चिट आ वह साधु सिंह धर्मसोत मंत्री साहब नूं फड़ा दिती जांदी है कि तुहानूं क्लीन चिट मिल गई है जी हुण कोई भी तुहाडे ते सवाल नहीं उठा सकता। आम आदमी पार्टी लगातार मंग कर रही है नाल दी नाल कि इस मामले की जिहड़ी जांच है ये उच्च पद्धरी होनी चाहीदी आ इस तरीके दे नाल जांचां नूं विरोधी पार्टियां नहीं मानदियां हुंदियां। सो जेकर निरपक्ष तरीके नाल तुसीं चाहुंदे हो कि इस मामले नूं रख्या जाए तो एक जिहड़ी निरपक्ष जांच है जुडिशियल जांच है वो करवानी चाहीदी आ हालांकि CBI या फिर ED विभाग की जिहड़ी जांच की मंग है वह आम आदमी पार्टी कर रही है पर सरकार इस पासे कोई भी ध्यान नहीं दे रही। सो साडे नाल कॉलर जुड़े ने जी आपां कॉल लैने आ ते गल करदे आ स्वागत है सर बहुत बहुत तुहाडा। सत श्रीकाल जी सम्मेवाली साहब स्वागत है जी। हां जी सर बेनती है भी कैप्टन साहब ना अपनी भरोसे योग्यता गवा बैठे ने हुण किसानां च जी उहदा सर क्या भावें बिल्कुल सही भी होवे किसे ने मनना नहीं क्योंकि इहदा बंदा गुटका साहब चुक के मुकर गया इहदे ते की आस रखी जा सकदी है जी जी। बाकी जिहड़ी सर दलित लड़की नाल घटना वापरी है जी जी जां सिखां नाल इस तरह क्यों हुंदा सर ना 1925 च जी जी हेलो जी जी समेली साहब रखो गल। हां जी सर मुसलमान नीति घाड़े ने ना केवल 94 मुसलमानां लई
ਇੱਕ ਛੋਟੀ ਜੀ ਚੋਂ ਵਰਕੀ ਲਿਖੀ ਸੀ ਜੀ, ਉਹਦੇ ਚ ਦਰਜ ਕੀਤਾ ਸੀ ਵੀ ਹਿੰਦੂ ਬੜਾ ਦੂਰ ਦਰਸ਼ਕ ਤੇ ਆਉਣ ਵਾਲੀ ਸਥਿਤੀ ਨੂੰ ਨਾ ਬਹੁਤ ਸਮਾਂ ਪਹਿਲਾਂ ਭਾਂਪ ਲੈਂਦਾ ਹੈ ਤੇ ਉਸ ਅਨੁਸਾਰ ਉਪਾਅ ਸੋਚ ਰੱਖਦਾ ਹੈ, ਤੇ ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉੱਤੇ ਆ ਜਾਵੇ ਤਾਂ ਚੁਕੰਨਾ ਹੋ ਜਾਂਦਾ ਹੈ ਤੇ ਉਸ ਨਾਲ ਸਿਰਜਣ ਦਾ ਰਾਹ ਢੂੰਡ ਲੈਂਦਾ ਹੈ। ਪਰ ਸਿੱਖ ਜਿੰਨਾ ਚਿਰ ਵੇਲਾ ਲੰਘ ਨਾ ਜਾਏ, ਨਾ ਕੋਈ ਸੋਚਦਾ ਨਾ ਕਿਸੇ ਸੋਚਵਾਨ ਦੀ ਗੱਲ ਸੁਣਦਾ, ਫੜਾ ਮਾਰੀ ਜਾਂਦਾ ਤੇ ਫੜਾ ਮਾਰਨ ਵਾਲੇ ਹੀ ਅੱਜ ਕੱਲ ਸਰ ਪ੍ਰਧਾਨ ਨੇ, ਸਾਨੂੰ ਫੜਾ ਛੱਡ ਕੇ ਆ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਾ ਕੇ ਆਉਂਦੇ ਨਾ, ਮੋਦੀ ਦਾ ਸਿਰ ਵੱਟ ਦਿਆਂਗੇ, ਉਹ ਕਰ ਦਿਆਂਗੇ ਭਰਾਵੋ, ਉਹਨਾਂ ਤੋਂ ਬਚ ਕੇ ਰਿਹਾ ਜੀ, ਕਿਸੇ ਪਾਸੇ ਲੈ ਮਾਹੌਲ ਖਰਾਬ ਕਰ ਲੈ ਜਾਣ ਕਿਸਾਨਾਂ ਦੀ ਨੂੰ ਬਿਲਕੁਲ। ਤੇ ਸਰ ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ। ਥੈਂਕ ਯੂ ਸਰ। ਠੀਕ ਹੈ ਜੀ, ਸ਼ੁਕਰੀਆ ਜੀ ਸੰਮੇ ਵਾਲੀ ਸਾਹਿਬ। ਇਸ ਤਰ੍ਹਾਂ ਦੇ ਲੋਕ ਬਹੁਤ ਆਉਣਗੇ, ਵੀ ਅੱਗੇ ਵੀ ਆਉਣਗੇ ਜੀ, ਜਿਹੜੇ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਹੋਰ ਕੋਈ ਦੰਗਿਆਂ ਦਾ ਰੂਪ ਦੇਣ ਦੀ ਕੋਸ਼ਿਸ਼ ਕਰਨਗੇ, ਅਤੇ ਸਾਨੂੰ ਇਹ ਵੀ ਪਤਾ ਕਿ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਤਰ੍ਹਾਂ ਵਿੱਚ ਵੜ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿਵਾਉਂਦੀਆਂ ਨੇ, ਇਹ ਵੀ ਸਾਰਿਆਂ ਨੂੰ ਪਤਾ। ਹੈਲੋ ਜੀ, ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਜੀ 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 ਮੈਂ ਜੀ ਅੱਜ ਦਿਨੇ ਦੇਖੀ ਜਾਂਦੀ ਸੀ ਇੱਕ ਟੈਲੀਵਿਜ਼ਨ ਦੇ ਖਬਰ ਆ, ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਨੀ ਉਹ ਜਿਹੜਾ ਕੀ ਇਹਨਾਂ ਦਾ, ਹਾਂਜੀ ਜੇਲ੍ਹ ਮੰਤਰੀ, ਹਾਂ ਜੇਲ੍ਹ ਮੰਤਰੀ, ਉਹ ਕਹਿੰਦਾ ਵੀ ਜਿਹੜਾ ਆਪਣਾ ਨੀ ਆਪਣੇ ਸਿੱਧੂ ਸਾਹਿਬ ਨੂੰ, ਉਹ ਕਹਿੰਦਾ ਵੀ ਇਹ ਤਾਂ 3 ਸਾਲ ਬਾਅਦ ਆਇਆ ਕੈਪਟਨ, ਵੀ ਕਹਿੰਦਾ 3 ਸਾਲ ਤੇ ਮੰਤਰੀ ਤੁਹਾਡਾ ਕਿਹੜਾ ਪਹਿਲਾਂ ਦਾ ਆਇਆ ਜਿਹਨੂੰ ਮੁੱਖ ਮੰਤਰੀ ਤੁਸੀਂ ਵਿੱਤ ਮੰਤਰੀ ਬਣਾ ਰਹੇ ਵਿੱਤ ਮੰਤਰੀ ਬਣਾਈ ਬੈਠੇ ਹੋ, ਬਿਲਕੁਲ ਉਹ ਕਿਹੜਾ ਬਾਅਦ ਜਿੱਦਾਂ ਪਹਿਲਾਂ ਆਇਆ ਹੈਗਾ, ਬਿਲਕੁਲ ਇਹ ਚੀਜ਼ਾਂ ਇਹ ਤਾਂ ਸੋਚਦੇ ਨੀ। 100 ਜਿਹੜੇ ਭਾਜਪਾ ਦੇ ਵਿੱਚ 161 MLA ਹੈ ਜਿਹੜੇ MP ਹੈਗੇ ਜਿਹੜੇ ਆਪਣੇ ਕਾਂਗਰਸ ਚ ਗਏ ਆ ਜੀ, ਤੇ ਉਹ ਚੀਜ਼ਾਂ ਤੇ ਕਹਿੰਦੇ ਵੀ ਇਹਨੇ ਸਿੱਧੂ ਨੂੰ ਐਂ ਕਹਿੰਦੇ ਵੀ ਸਿੱਧੂ ਤਾਂ ਜੀ ਹੁਣ ਆਇਆ ਹੈਗਾ ਸਾਡੇ ਤੇ, ਮਨਪ੍ਰੀਤ ਕਿਹੜਾ ਕੁੱਤਾ ਆਦਮੀ ਹੋਰ ਕਿੱਥੇ ਕਿੱਥੋਂ ਆਇਆ ਹੈਗਾ, ਜਿਹੜਾ ਅੱਜ ਇਹ ਕਹੀ ਜਾਂਦਾ ਸੀ ਸਾਡੇ ਕੋਲ ਕੋਲਾ ਨੀ, ਸਾਡੇ ਕੋਲ ਉਹ ਨੀ ਹੈ, ਤੇਲ ਨੀ ਹੈ, ਸਾਡੇ ਕੋਲ ਰੇਹ ਨੀ, ਇਹਨੂੰ ਪੁੱਛਣਾ ਵੀ 6 ਮਹੀਨੇ ਪੁੱਛੋ ਵੀ ਇਹ ਤੋਂ ਵੀ 6 ਮਹੀਨੇ ਹੋ ਗਏ ਇਹਨੂੰ, ਜਦੋਂ 6 ਮਹੀਨੇ ਲੋਕਡਾਊਨ ਸੀ ਉਦੋਂ ਕਿੱਥੋਂ ਗਿਆ ਤੁਹਾਡਾ ਕੋਲ, ਗੱਲ ਤਾਂ ਲੋਕਾਂ ਦੀ ਕਰਦਾ, ਇਹਨੂੰ ਪੁੱਛਣਾ ਹੋਵੇ ਇਹਨੂੰ ਵੀ ਤਨਖਾਹ ਤੋਂ ਕੱਟੀ ਜਾਣਾ ਮੁਲਾਜ਼ਮਾਂ ਦੀਆਂ ਗੰਦੇ ਆਦਮੀ ਨੂੰ। ਠੀਕ ਹੈ ਜੀ, ਪੁੱਛੋ ਜੀ। ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਨਹੀਂ ਇਹ ਤਾਂ ਇੱਕ ਹੋਰ ਵੀ ਬਿਆਨ ਆਇਆ ਜੀ ਅੱਜ, ਚਲੋ ਇਹ ਵੀ ਗੱਲਬਾਤ ਕਰ ਲੈਂਦੇ ਹਾਂ, ਤੁਸੀਂ ਹੁਣ ਜ਼ਿਕਰ ਕੀਤਾ ਹੀ ਆ, ਸਾਡੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅਪੀਲ ਕਰੀ ਆ ਕਿਸਾਨਾਂ ਨੂੰ, ਉਹ ਵੀ ਕਹਿੰਦੇ ਕਿ ਕੋਲਾ ਹੈ ਨਹੀਂ ਗਾ ਜੀ, 1-2 ਦਿਨ ਦਾ ਕੋਲਾ ਰਹਿ ਗਿਆ ਥਰਮਲ ਪਲਾਂਟਾਂ 'ਚ, ਸਾਡੀ ਬਿਜਲੀ ਹੋ ਜਾਣੀ ਆ ਬੰਦ, ਕਿ ਤੁਸੀਂ ਐਂ ਕਰੋ ਹੁਣ ਸਾਊ ਜੇ ਬਣ ਕੇ ਜਿਹੜੀਆਂ ਤੁਸੀਂ ਹੁਣ ਰੇਲਾਂ ਰੋਕੀਆਂ ਸੀ ਉਹ ਚੱਕ ਦਿਓ, ਹੁਣ ਖੋਲ੍ਹ ਦਿਓ, ਅਤੇ ਹੁਣ ਇਸ ਤੋਂ ਵੱਧ ਜਿਹੜਾ ਉਹ ਕੰਮ ਨਹੀਂ ਚੱਲ ਸਕਦਾ। ਸੋ ਇਸ ਤਰ੍ਹਾਂ ਮਨਪ੍ਰੀਤ ਬਾਦਲ ਨੇ ਇਹ ਅਪੀਲ ਕੀਤੀ ਆ, ਅਤੇ ਨਾਲ ਇਹ ਵੀ ਕਿਹਾ ਜੀ, ਕਹਿੰਦੇ ਅਸੀਂ ਹੁਣ 1 ਲੱਖ ਨੌਕਰੀਆਂ ਦੇਵਾਂਗੇ, 1 ਲੱਖ ਨੌਕਰੀਆਂ ਦੇਵਾਂਗੇ ਉਹਨਾਂ ਨੂੰ, ਕਹਿੰਦੇ ਜੀ ਲੋਕਡਾਊਨ ਦੇ ਵਿੱਚ ਜਿਹੜੇ ਪ੍ਰਾਈਵੇਟ ਕੰਮ ਕਰਦੇ ਸੀ ਨੌਜਵਾਨ ਜਾਂ ਕੋਈ ਵੀ ਵਿਅਕਤੀ ਪ੍ਰਾਈਵੇਟ ਕੰਮ ਕਰਦਾ ਸੀ, ਕਹਿੰਦੇ ਵੀ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਤਾਂ ਹੁਣ ਅਸੀਂ ਇਹ ਸੋਚ ਰਹੇ ਹਾਂ ਵੀ ਉਹਨਾਂ ਨੂੰ ਸੈੱਟ ਕਰਨ ਦੇ ਲਈ ਜਿਹੜੇ ਸਰਕਾਰੀ ਵਿਭਾਗਾਂ ਦੇ ਵਿੱਚ 1 ਲੱਖ ਅਸਾਮੀ ਖਾਲੀ ਪਈ ਆ, ਕਹਿੰਦੇ ਅਸੀਂ ਉਹ ਹੁਣ ਭਰ ਦਿਆਂਗੇ। ਦੇਖੋ ਇਹ ਵੀ ਹੁਣ ਗੱਲ ਕਿੱਧਰ ਨੂੰ ਜਾ ਰਹੀ ਆ ਕਿ ਇਸ ਤਰੀਕੇ ਦੇ ਨਾਲ ਸਾਨੂੰ ਨਹੀਂ ਲੱਗਦਾ ਕਿ 1 ਲੱਖ ਜਿਹੜੀਆਂ ਨੌਕਰੀ ਜਿਹੜੀਆਂ ਅਸਾਮੀਆਂ ਸਰਕਾਰੀ ਵਿਭਾਗਾਂ 'ਚ ਖਾਲੀ ਪਈਆਂ ਸਰਕਾਰ ਉਹ ਇਸ ਤਰੀਕੇ ਦੇ ਨਾਲ ਦੇ ਦੂਗੀ ਉਹਨਾਂ 'ਤੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਫਿੱਟ ਕਰ ਦੇਗੀ। ਇਹ ਵੀ ਸੁਪਨਾ ਜਿਹਾ ਹੀ ਲੱਗ ਰਿਹਾ ਜੀ, ਹਾਲਾਂਕਿ ਬਿਆਨ ਤਾਂ ਦੇ ਗਏ ਨੇ ਵਿੱਤ ਮੰਤਰੀ ਸਾਹਿਬ, ਪਰ ਇਹ ਹਜੇ ਸੁਪਨਾ ਜਿਹਾ ਹੀ ਲੱਗਦਾ, ਯਕੀਨ ਜਿਹਾ ਕਰਨ ਨੂੰ ਜੀ ਨਹੀਂ ਕਰਦਾ। ਸੋ 1 ਕਾਲਰ ਸਾਡੇ ਨਾਲ ਨੇ ਜੀ, ਸਵਾਗਤ ਹੈ ਸਰ। ਜੀ ਜੀ ਸਵਾਗਤ ਹੈ ਸਰ, ਪਿਆਰਾ ਸਿੰਘ ਜੀ। ਸਰਕਾਰ ਵੰਡਣ ਲੱਗੀ ਨਾ ਫੰਡ, ਬਿਲਕੁਲ ਬਿਲਕੁਲ, ਨੌਕਰੀਆਂ ਵੀ ਬਣਦੀਆਂ, ਸਾਰਾ ਕੁਝ ਬਣਦਾ, ਮੇਰਾ ਜ਼ਰੂਰ ਖਿਆਲ ਰੱਖਿਓ, ਮੇਰੇ ਹੱਥ ਬੰਨ ਕੇ ਬੇਨਤੀ ਹੈ, ਕਿਉਂਕਿ ਬਾਕੀ ਸਭ ਤੋਂ ਵੱਧ ਸਕੀਮਾਂ ਦਾ ਤੁਹਾਨੂੰ ਪਤਾ, ਸਾਨੂੰ ਤੇ ਬਹੁਤਾ ਪਤਾ ਨਹੀਂ ਲੱਗਦਾ ਹੈਗਾ, ਖਿਆਲ ਰੱਖਿਓ ਬਸ। ਜੀ 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 ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ 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 ਧੰਨਵਾਦ ਸਰਦਾਰ ਪਿਆਰਾ ਸਿੰਘ ਜੀ। ਦੇਖੋ ਅੱਜ ਕੱਲ੍ਹ ਵੀ ਅਸੀਂ ਦੇਖਿਆ ਕਿ ਸਰਦਾਰ ਪਿਆਰਾ ਸਿੰਘ ਜੀ ਘਰ ਨਹੀਂ ਸੀਗੇ, ਕੱਲ੍ਹ ਡਰਾਈਵ ਕਰਦੇ ਸੀ
ਤੇ ਉਹ ਸ਼ਾਇਦ ਗੱਡੀ ਇੱਕ ਪਾਸੇ ਲਾ ਕੇ ਦੇਖੋ ਉਹਨਾਂ ਨੇ ਕਾਲ ਕੀਤੀ ਅੱਜ ਵੀ ਬਾਹਰ ਨੇ ਤੇ ਅੱਜ ਵੀ ਕਾਲ ਕੀਤੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਦਰਸ਼ਕ ਨੇ ਜੀ ਉਹਨਾਂ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਆ ਤੇ ਇੱਕ ਕਾਲਰ ਹੋਰ ਸਾਡੇ ਨਾਲ ਜੁੜੇ ਨੇ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਤਰਾਮ ਪਾਲੀਆ ਬੋਲ ਰਿਹਾ ਜੀ ਜੀ ਪਾਲੀਆ ਸਾਹਿਬ ਹਾਂਜੀ ਵੀਰ ਜੀ ਮੈਂ ਕਿਸਾਨਾਂ ਵਾਲੇ ਮੁੱਦੇ ਤੇ ਗੱਲ ਰੱਖਣੀ ਚਾਹੁੰਦਾ ਸੀ ਜੀ 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 ਜਿਹੜਾ ਪੰਜਾਬ ਸਰਕਾਰ ਵੱਲੋਂ ਕਈ ਵਾਰੀ ਸੰਦੀਪ ਸੰਧੂ ਜੀ ਜਾਂ ਮਨਪ੍ਰੀਤ ਬਾਦਲ ਜੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਬੇਨਤੀਆਂ ਕਰ ਰਹੇ ਨੇ ਜੀ ਕਿ ਉਹ ਲਾਈਨਾਂ ਤੋਂ ਉੱਠ ਜਾਣ ਮੈਨੂੰ ਇਹਨੇ ਸਮਝ ਆਉਂਦੀ ਵੀ ਇਹ ਸੈਂਟਰ ਨਾਲ ਗੱਲ ਕਿਉਂ ਨੀ ਕਰਦੇ ਹੈਗੇ ਜਾ ਕੇ ਇਹਨਾਂ ਨੂੰ ਇਹ ਵੀ ਤਾਂ ਚਾਹੀਦਾ ਵੀ ਜੇ ਅਸੀਂ ਕਿਸਾਨਾਂ ਦੀ ਗੱਲ ਸੈਂਟਰ ਨਾਲ ਕਰੀਏ ਪ੍ਰੋਪਰ ਚੈਨਲ ਦੇ ਪੰਜਾਬ ਸਰਕਾਰ ਤਾਂ ਸੈਂਟਰ ਤੋਂ ਕਹਿ ਸਕਦੀ ਹੈ ਇਹ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੀ ਕੈਪਟਨ ਨੇ ਖਾਕੀ ਨਿੱਕਰ ਪਾਈ ਹੋਈ ਹੈ ਨਾ ਸੰਘ ਵਾਲੀ ਉਹ ਸਾਫ ਦਿਖਣ ਲੱਗ ਗਈ ਹੁਣ ਜਾਂ ਤਾਂ ਮੋਦੀ ਦੀ ਕੋਈ ਘੁਰਕੀ ਹੈ ਜਾਂ ਕੋਈ ਲਾਲਚ ਹੈ ਬਾਕੀ ਕਿਸਾਨਾਂ ਦੇ ਜਿਹੜਾ ਸੰਘਰਸ਼ ਨੂੰ ਆਪਾਂ ਦੇਖ ਹੀ ਰਹੇ ਹਾਂ ਚਾਰੇ ਪਾਸਿਓਂ ਤੋਰੋ ਪੀੜ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਇੰਨੀ ਉਹ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਸੰਘਰਸ਼ ਹੈ ਜਿਹੜਾ ਤਾਰੂ ਪੀੜ ਜਿਹੜੀਆਂ ਕੋਈ ਕਰਨ ਦੀ ਕੋਸ਼ਿਸ਼ਾਂ ਤੋਂ ਬਚ ਕੇ ਆ ਜਿਹੜਾ ਕਿਸੇ ਸਿੱਟੇ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਤਨਾਮ ਸਿੰਘ ਪਾਲੀਆ ਜੀ ਤੁਹਾਡਾ ਮੈਂ ਕਮੈਂਟ ਵੀ ਪੜ੍ਹ ਰਿਹਾ ਸੀ ਤੇ ਕਮੈਂਟ ਦੇ ਵਿੱਚ ਵੀ ਤੁਸੀਂ ਇਹੀ ਲਿਖਿਆ ਕਿ ਪੰਜਾਬ ਦੇ ਕਾਂਗਰਸੀਆਂ ਦੀ ਖਾਕੀ ਨਿੱਕਰ ਸਾਫ਼ ਦੇਖਣ ਲੱਗ ਪਈ ਹੈ ਖੈਰ ਜਿਹੜੇ ਸਮਝਣ ਵਾਲੇ ਨੇ ਜੀ ਉਹ ਸਮਝ ਜਾਣਗੇ ਤੁਹਾਡੇ ਕਮੈਂਟ ਨੂੰ ਅੱਗੇ ਵੱਧਦੇ ਹਾਂ ਜੀ ਅੱਗੇ ਗੱਲ ਕਰਦੇ ਹਾਂ ਇੱਕ ਹੋਰ ਗੱਲਬਾਤ ਕਰ ਲੈਂਦੇ ਹਾਂ ਕਰੋਨਾ ਵਾਇਰਸ ਦੀ ਗੱਲ ਕਰ ਲੈਂਦੇ ਹਾਂ ਸਾਡੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਉਹ ਵੀ ਕਰੋਨਾ ਪੋਜ਼ਿਟਿਵ ਆਏ ਸੀ 2 ਕੁ ਦਿਨ ਪਹਿਲਾਂ ਅਤੇ ਲੇਕਿਨ ਤਬੀਅਤ ਉਹਨਾਂ ਦੀ ਥੋੜ੍ਹੀ ਜਿਹੀ ਖਰਾਬ ਹੋ ਗਈ ਹੈ ਅਤੇ ਹੁਣ ਪਤਾ ਲੱਗ ਰਿਹਾ ਕਿ ਸਾਡੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਸਾਹਿਬ ਫੋਰਟਿਜ਼ ਹਸਪਤਾਲ ਦੇ ਵਿੱਚ ਭਰਤੀ ਹੋ ਗਏ ਨੇ ਅਤੇ ਹੁਣ ਉੱਥੇ ਬੈਠ ਕੇ ਆਪਣਾ ਇਲਾਜ ਕਰਾ ਰਹੇ ਨੇ ਵੈਸੇ ਜੇ ਸਿਹਤ ਮੰਤਰੀ ਸਾਹਿਬ ਪਹਿਲਾਂ ਥੋੜ੍ਹੀ ਜਿਹੀ ਸਲਾਹ ਕਰ ਲੈਂਦੇ ਤਾਂ ਸਾਡਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਬਹੁਤ ਵਧੀਆ ਜੀ ਅਤੇ ਇੱਥੇ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਸੀ ਕਿਉਂਕਿ ਰਜਿੰਦਰਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਰਗਾ ਜਿਹੜਾ ਇਲਾਜ ਹੈ ਜੀ ਉਹ ਕਿਤੇ ਨਹੀਂ ਮਿਲਦਾ ਉਹ ਖੁਦ ਸਿਹਤ ਮੰਤਰੀ ਸਾਹਿਬ ਵੀ ਕਹਿ ਚੁੱਕੇ ਨੇ ਅਤੇ CM ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਨੇ ਅਤੇ ਫਿਰ ਸ਼ਾਇਦ ਲੱਗਦਾ ਕਿ ਸਿਹਤ ਮੰਤਰੀ ਸਾਹਿਬ ਭੁੱਲ ਗਏ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਤਾਂ ਸਭ ਤੋਂ ਵਧੀਆ ਸਹੂਲਤਾਂ ਨੇ ਸ਼ਾਇਦ ਉਹਨਾਂ ਦੇ ਦਿਮਾਗ 'ਚੋਂ ਨਿਕਲ ਗਿਆ ਹੋਣਾ ਇਸ ਕਰਕੇ ਉਹ ਫੋਰਟਿਜ਼ ਹਸਪਤਾਲ ਭਰਤੀ ਹੋ ਗਿਆ ਸੋ ਖੈਰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਜੀ ਕਿ ਠੀਕ ਹੈ ਵਜ਼ੀਰ ਨੇ ਪੰਜਾਬ ਸਰਕਾਰ ਦੇ ਇੱਕ ਅਹਿਮ ਵਿਭਾਗ ਹੈ ਉਹਨਾਂ ਦੇ ਕੋਲ ਅਤੇ ਉਹਨਾਂ ਨੂੰ ਜਲਦੀ ਸਿਹਤਯਾਬ ਹੋਣਾ ਚਾਹੀਦਾ ਪਰ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਇੱਕ ਅੱਧਾ ਦਿਨ ਆ ਕੇ ਜਿਹੜਾ ਇਲਾਜ ਹੈ ਜੀ ਉਹ ਜ਼ਰੂਰ ਕਰਾ ਲੈਣਾ ਚਾਹੀਦਾ ਤਾਂ ਕਿ ਜਿਹੜੀ ਆ ਇਹ ਗੱਲ 'ਤੇ ਮੋਹਰ ਲੱਗ ਜੇ ਕਿ ਸਰਕਾਰੀ ਰਜਿੰਦਰਾ ਹਸਪਤਾਲ ਦਾ ਇਲਾਜ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਇਲਾਜ ਹੈ ਸੋ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਜੀ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸਰ ਜਿਸ ਤਰ੍ਹਾਂ ਕਾਂਡ ਹੋਇਆ ਹਸਪਤਾਲ ਦੇ ਵਿੱਚ ਜੀ 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 ਉਹਦੇ ਸੰਬੰਧ 'ਚ ਅੱਜ ਪੰਜਾਬ ਮੰਨਦਾ ਵੀ ਸੱਦਾ ਸੀਗਾ ਜੀ ਬਿਲਕੁਲ ਪਰ ਅਸੀਂ ਦੇਖਿਆ ਜਿਸ ਤਰ੍ਹਾਂ ਹੁਣ ਆਪਣੇ ਪੰਜਾਬ ਦੀ ਵਿਧਾਨ ਸਭਾ ਇਹਦੇ ਵਿੱਚ ਵੀ ਆਪਣੇ ਤਕਰੀਬਨ ਜਿਹੜੇ ਸ਼ਾਇਦ 37-38 MLA ਹੈ ਠੀਕ ਹੈ ਜੀ ਤੇ ਕੋਈ ਵੀ ਇਹੋ ਜਿਹਾ ਕੋਈ ਲੀਡਰ ਨਹੀਂ ਹੈ ਇਹਨਾਂ ਨਾਲ ਸੰਬੰਧਿਤ ਵੀ ਜਿਹੜਾ ਇੱਕ ਲੀਡ ਕਰ ਸਕੇ ਜਾਂ ਕੋਈ ਕਹਿ ਸਕਦੀ ਕੋਈ ਮੁੱਖ ਚਿਹਰਾ ਜਿਹੜਾ ਗਰੀਬਾਂ ਦੀ ਕੋਈ ਗੱਲ ਕਰੇ ਤੇ ਕਿਉਂਕਿ ਇਹ ਤਾਂ ਖੁਦ ਘੁਟਾਲਿਆਂ ਦੇ ਵਿੱਚ ਜਿਸ ਤਰ੍ਹਾਂ ਸਾਧੂ ਸਿੰਘ ਧਰਮਸੋਤ ਜੀ ਤੋਂ ਖੁਦ ਘਿਰੇ ਹੋਏ ਆ ਜੀ ਠੀਕ ਆ ਤੇ ਇੱਕ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਜਿਸ ਤਰ੍ਹਾਂ ਰਾਮ ਬਿਲਾਸ ਪਾਸਵਾਨ ਜੀ ਸੀਗੇ ਜੀ ਜਾਂ ਮੁੰਬਈ ਦੇ ਵਿੱਚ ਅਠਾਵਲੇ ਜੀ ਹੈ ਸਿਰਫ ਰਾਜਨੀਤੀ ਤੱਕ ਹੀ ਸੰਬੰਧ ਹੈ ਨਾ ਕਿ ਸਿਰਫ ਗੱਲਾਂ ਜ਼ਰੂਰ ਕਰਦੇ ਆ ਅਠਾਵਲੇ ਦਾ ਪਿੱਛੇ ਜਿਹੜਾ ਬਿਆਨ ਉਹ ਆਪਣਾ ਆਇਆ ਸੀਗਾ ਪਿੱਛੇ ਜਿਹੜਾ ਮੁੰਬਈ ਦੇ ਵਿੱਚ ਇੱਕ ਲੜਕੀ ਨੇ ਰੇਪ ਦਾ ਲਾਇਆ ਸੀ ਜਿਹੜੀ ਹੀਰੋਇਨ ਸੀਗੀ ਨਾਨੀ ਮੈਨ ਯਾਦ ਸ਼ਾਇਦ ਉਹਨਾਂ ਦਾ ਜੀ ਜੀ ਉਹਨਾਂ ਦੇ ਸੰਬੰਧ ਚ ਤਾਂ ਉਹਨਾਂ ਨਾਲ ਜਾ ਕੇ ਮੀਟਿੰਗਾਂ ਉਹ ਕਰਦੇ ਰਹੇ ਆ ਠੀਕ ਆ ਤੇ ਜਿਹੜੀ ਮਨੀਸ਼ਾ ਯੂਪੀ ਦੇ ਵਿੱਚ ਕਾਂਡ ਹੋਇਆ ਉਹਦੇ ਨਾਲ ਵੀ ਉਹ ਗੈਂਗ ਰੇਪ ਹੋਇਆ ਠੀਕ ਹੈ ਜੀ ਤੇ ਉਹਦੀ ਉਦੋਂ ਬਾਅਦ ਮੌਤ ਵੀ ਹੋ ਚੁੱਕੀ ਹੈ ਬਿਲਕੁਲ ਤੇ ਉਸ ਸੰਬੰਧ ਦੇ ਵਿੱਚ ਕਦੇ ਉਹਨਾਂ ਨੇ ਆ ਕੇ ਕੁਛ ਨਹੀਂ ਬੋਲਿਆ ਠੀਕ ਹੈ ਇਹ ਜਿਹੜੇ ਹੈਗੇ ਜਿਸ ਤਰ੍ਹਾਂ ਗਰੀਬ ਤਬਕਾ ਇਹਨਾਂ ਦੀ ਅਗਵਾਈ ਕਰਨ ਵਾਲਾ ਨਾ ਤਾਂ ਪੰਜਾਬ ਦੇ ਵਿੱਚ ਹੈ ਠੀਕ ਹੈ ਸਰਕਾਰਾਂ ਕਹੀ ਜਾਂਦੀਆਂ ਅਸੀਂ ਆਹ ਕਰਦੇ ਹਾਂ ਉਹ ਕਰਦੇ ਹਾਂ ਜੀ 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 ਜੋ ਵੋਟਾਂ ਲੈਣ ਬਾਰੇ ਤਾਂ ਇਹ ਕਹਿ ਦਿੰਦੇ ਅਸੀਂ ਤੁਹਾਡੇ ਨਾਲ ਹਾਂ ਜਾਂ ਅਸੀਂ ਤੁਹਾਡੇ ਲੀਡਰ ਹੈ
ਤੇ ਅਗਵਾਈ ਫਿਰ ਇਹਨਾਂ ਦੀ ਕੌਣ ਕਰੂਗਾ? ਹੁਣ 38 ਜਿਹੜੇ ਐਮ ਐਲ ਏ ਆ ਪੰਜਾਬ ਦੇ ਉਹ ਰਿਜ਼ਰਵ ਸੀਟਾਂ ਤੋਂ ਚੁਣੇ ਹੋਏ ਆ ਜੀ। ਕਹਿੰਦਾ ਕਾਂਡ ਦੇ ਵਿੱਚ ਮੈਂ ਨੀ ਦੇਖਿਆ ਵੀ ਕੋਈ ਇਹ ਵਿਸ਼ੇ ਤੇ ਵੀ ਕੋਈ ਬੋਲਿਆ। ਠੀਕ ਆ, ਤੇ ਜਿਸ ਤਰ੍ਹਾਂ ਸਰ ਇੱਕ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਜੀ, ਠੀਕ ਆ, ਇਹਦੀ ਇੱਕ ਜਿਸ ਤਰ੍ਹਾਂ ਹੁਣ ਰੇਲਾਂ ਰੋਕੀਆਂ ਜਾ ਰਹੀਆਂ ਜਾਂ ਅਲੱਗ ਅਲੱਗ ਹਾਈਵੇ ਬੰਦ ਕੀਤੇ ਜਾ ਰਹੇ ਆ ਜੀ, ਤੇ ਜਿਸ ਤਰ੍ਹਾਂ ਹੁਣ ਦਿੱਕਤ ਆਉਂਦੀ ਪਈ ਜਿਹੜੀ ਐਂਬੂਲੈਂਸ ਜਾ ਰਹੀ ਹੈ ਜਾਂ ਕੋਈ ਬੱਚੇ ਆਪਣਾ ਕੋਈ ਟੈਸਟ ਦੇਣ ਜਾ ਰਹੇ ਆ, ਤੇ ਇਹ ਵੀ ਇਹਨਾਂ ਨੂੰ ਜਿਹੜਾ ਵੀ ਇਹਨਾਂ ਨੂੰ ਜਾਣ ਦੇਣਾ ਚਾਹੀਦਾ ਤੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ, ਉਹਨਾਂ ਨੂੰ ਲਗਾਉਣ ਦੇ ਨਾਲ ਵੀ ਸਾਡੇ ਨਾਲ ਆ ਹੋ ਰਿਹਾ ਜੀ ਜੀ, ਜਾਗਰੂਕ ਵੀ ਹੋਣਗੇ ਤੇ ਥੋੜੀ ਦਿੱਕਤ ਵੀ ਨਾ ਆਊਗੀ। ਬਿਲਕੁਲ, ਇਹਦੇ ਨਾਲ ਹੀ ਹੁਣ ਜਿਸ ਤਰ੍ਹਾਂ ਸਾਧੂ ਸਿੰਘ ਧਰਮਸੋਤ ਜੀ ਹੈ ਜੀ, ਜਿਹੜਾ ਇਹਨਾਂ ਨੇ 63 ਕਰੋੜ ਦਾ ਘੁਟਾਲਾ ਕੀਤਾ, ਉਹ ਘੁਟਾਲੇ ਬਾਰੇ ਕਿਹਾ ਕਿਹਨੇ ਆ? ਕਿਸੇ ਨੇ ਨੀ ਕਿਹਾ, ਲੋਕਾਂ ਨੇ ਨੀ ਕਿਹਾ, ਇਹਨਾਂ ਨੇ ਕੀਤਾ। ਉਹ ਤਾਂ ਜਿਹੜੀ ਪੰਜਾਬ ਦੀ ਸਕੱਤਰ ਹੈ ਵਿਨੀ ਮਹਾਜਨ, ਉਹਨਾਂ ਨੇ ਤਾਂ ਕਿਹਾ ਇਹਨਾਂ ਨੇ ਘੁਟਾਲਾ ਕੀਤਾ। ਬਿਲਕੁਲ ਬਿਲਕੁਲ, ਠੀਕ ਆ, ਕਿਸੇ ਨੇ ਮੈਂ ਨੀ ਕਿਹਾ, ਕਿਸੇ ਹੋਰ ਨੇ ਨੀ ਕਿਹਾ ਜਾ ਕੇ, ਤੇ ਉਸ ਤੋਂ ਬਾਅਦ ਹੁਣ ਸ਼ਾਇਦ ਕੈਪਟਨ ਸਾਹਿਬ ਜਿਹੜੇ, ਇਹਨਾਂ ਨੂੰ ਵੀ ਸ਼ਾਇਦ ਮਤਲਬ ਸ਼ਾਇਦ ਲੋਕ ਹੁਣ ਪੱਕਾ ਮਨ ਬਣਾ ਚੁੱਕੇ ਕਿ ਰਿਟਾਇਰ ਕਰ ਹੀ ਦੇਣਗੇ। ਇਹਨਾਂ ਨੂੰ ਸੈਂਟਰ ਸਰਕਾਰ ਦੇ ਵਿੱਚ ਹੁਣ CBI ਦੇ ਮਤਲਬ ਦਾ ਮੁੱਖ ਪ੍ਰਬੰਧਕ ਜਿਹੜੇ ਆ ਉਹ ਲਾ ਦੇਣਾ ਚਾਹੀਦਾ, ਕਿਉਂਕਿ ਇਹਨਾਂ ਦੀ ਇਨਕੁਆਇਰੀ ਜਿਹੜੀ ਬਹੁਤ ਵਧੀਆ ਕਰਦੇ ਆ। ਠੀਕ ਆ, ਤੇ ਉਸੇ ਟਾਈਮ ਹੀ ਹਜੇ ਬੰਦੇ ਤੇ ਇਲਜ਼ਾਮ ਲੱਗਦੇ ਹੁੰਦੇ ਆ, ਇਹਨਾਂ ਦੇ ਪਤਾ ਨੀ ਕਿਹੜੀਆਂ ਐਨਕਾਂ ਲੱਗੀਆਂ, ਤੇ ਉਹਦੀ ਦੱਸ ਦਿੰਦੇ ਵੀ ਇਹ ਬੰਦਾ ਸਹੀ ਹੈ ਜਾਂ ਗਲਤ ਹੈ, ਜਿਵੇਂ ਕਿ ਇਹਨਾਂ ਨੇ ਧਰਮ ਜੋ ਬਿਲਕੁਲ ਬਿਲਕੁਲ ਦਿੱਤੀ ਹੈ। ਜੀ 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 ਜੀ, ਠੀਕ ਹੈ ਜੀ, ਸ਼ੁਕਰੀਆ ਸਰ ਬਹੁਤ ਬਹੁਤ ਕਾਲ ਕਰਨ ਦੇ ਲਈ। ਬਿਲਕੁਲ ਜੀ, ਇਹ ਗੱਲ ਤੁਹਾਡੀ ਸਹੀ ਹੈ ਕਿ ਨਾ ਤੁਸੀਂ ਕਿਹਾ, ਨਾ ਮੈਂ ਕਿਹਾ, ਨਾ ਕਿਸੇ ਹੋਰ ਨੇ ਕਿਹਾ, ਇਹ ਤਾਂ ਵਿਭਾਗ ਨੇ ਹੀ ਕਿਹਾ। ਉਹ ਵੀ IAS ਅਧਿਕਾਰੀ ਹੀ ਸੀ ਜਿਨ੍ਹਾਂ ਨੇ ਇਹ ਰਿਪੋਰਟ ਬਣਾਈ ਸੀ, ਸਰੋਜ ਜੀ। ਅਤੇ ਖੈਰ, ਹੁਣ ਉਹਨਾਂ ਦੀ ਇਸ ਰਿਪੋਰਟ, ਇਹ ਤਾਂ ਗਲਤ ਹੋ ਗਈ ਹੈ। ਹੁਣ ਫਿਰ ਸਾਨੂੰ ਇਹ ਨਹੀਂ ਪਤਾ ਹੁਣ ਉਹ ਸਹੀ ਬੋਲਦੇ ਸੀ ਜਾਂ ਜਿਹੜੀ ਹੁਣ ਰਿਪੋਰਟ ਆਈ ਹੈ ਕਿ ਕੋਈ ਇਸ ਤਰ੍ਹਾਂ ਦਾ ਘਪਲਾ ਨਹੀਂ ਕੀਤਾ, ਅਤੇ ਕਿ ਹੁਣ ਇਹ ਸਹੀ ਹੈ, ਇਹ ਸਾਡੀ ਸਮਝ ਤੋਂ ਬਾਹਰ ਆ। ਅਤੇ ਇਸੇ ਤਰ੍ਹਾਂ ਦੇ ਜਿਹੜੇ ਅਸੀਂ ਦੇਖਦੇ ਆ ਰਹੇ ਹਾਂ ਜੀ, ਇਸੇ ਤਰ੍ਹਾਂ ਦੇ ਨਾਲ ਰੌਲਾ ਪੈਂਦਾ ਕਈਆਂ ਚੀਜ਼ਾਂ ਦਾ ਕਿ ਇਹ ਕੁਛ ਘਪਲਾ ਹੋਇਆ, ਅਤੇ ਫਿਰ ਉਹ ਵਿੱਚ ਜੇ ਵਿੱਚ ਘੁਮਾ ਘੁੰਮੂ ਕੇ ਜੇ ਉਹ ਇਸ ਤਰ੍ਹਾਂ ਦੇ ਨਾਲ ਕਲੀਨ ਚਿੱਟ ਮਿਲ ਜਾਂਦੀ ਆ। ਹਾਲਾਂਕਿ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਜੀ, ਉਹ ਆਪਣਾ ਜਿੰਨਾ ਜ਼ੋਰ ਹੈ ਉਹਨਾਂ ਦੇ ਵਿੱਚ ਉਹ ਲਗਾ ਰਹੀਆਂ ਨੇ ਕਿ ਇਸ ਮਾਮਲੇ ਨੂੰ ਹੋਰ ਅੱਗੇ ਲਿਜਾਇਆ ਜਾਵੇ। ਇਹ ਇੱਕ ਵੱਡਾ ਮਾਮਲਾ, 64-65 ਕਰੋੜ ਰੁਪਏ ਥੋੜ੍ਹੇ ਨਹੀਂ ਹੁੰਦੇ, ਅਤੇ ਜੇਕਰ ਇਹ ਆਸੇ ਪਾਸੇ ਹੋਏ ਨੇ ਤਾਂ ਕਿਸੇ ਨੇ ਤਾਂ ਜਿਹੜਾ ਇਹਨਾਂ ਦਾ ਗਬਨ ਕੀਤਾ ਹੀ ਹੋਣਾ। ਜੇ ਕਿਤੇ ਇਹ 64 ਕਰੋੜ ਰੁਪਈਆ ਜਾਂ ਉਹਦੇ ਵਿੱਚੋਂ ਕਹਿੰਦੇ ਸੀ 25-23 ਕਰੋੜ ਰੁਪਈਆ, ਤਾਂ ਕਿਸੇ ਰਿਕਾਰਡ ਦੇ ਵਿੱਚ ਹੀ ਨਹੀਂ। ਅਤੇ ਜੇ ਉਹ ਰਿਕਾਰਡ ਦੇ ਵਿੱਚ ਹੀ ਨਹੀਂ ਹੈ ਤਾਂ ਉਹ ਕਿਸੇ ਨਾ ਕਿਸੇ ਬੰਦੇ ਨੇ ਤਾਂ ਫਿਰ ਦੇਖੋ ਜੀ ਖਾਧੇ ਹੀ ਨੇ, ਕਿਸੇ ਨੇ ਤਾਂ ਆਪਣੀ ਜੇਬ ਦੇ ਵਿੱਚ ਪਾਏ ਹੀ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਫਲਾਣੇ ਨੇ ਪਾਏ ਨੇ ਜਾਂ ਧਿਮਕੇ ਨੇ ਪਾਏ ਨੇ, ਪਰ ਕਿਸੇ ਨੇ ਪਾਏ ਨੇ। ਸੋ ਇਹਦੇ ਲਈ ਲੋਕਾਂ ਨੂੰ ਤਸੱਲੀ ਦਿਵਾਉਣ ਦੇ ਲਈ ਸਰਕਾਰ ਘੱਟੋ ਘੱਟ ਇੱਕ ਜੁਡੀਸ਼ੀਅਲ ਇਨਕੁਆਇਰੀ ਤਾਂ ਕਰਾ ਸਕਦੀ ਹੈ ਨਾ ਜੀ, ਕਿਸੇ ਰਿਟਾਇਰਡ ਜਸਟਿਸ ਤੋਂ ਕਰਾ ਲਓ ਤੁਸੀਂ, ਅਤੇ ਉਹ ਦੁੱਧ ਦਾ ਦੁੱਧ ਆ ਜਿਹੜਾ ਪਾਣੀ ਦਾ ਪਾਣੀ ਫਿਰ ਸਾਫ਼ ਹੋ ਜਾਏਗਾ। ਅਤੇ ਫਿਰ ਜੇ ਉਹਦੇ ਵਿੱਚ ਸਾਰੇ ਦੋਸ਼ੀ ਹੋਣਗੇ, ਲੋਕਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਊਗਾ, ਲੋਕ ਵੀ ਮੰਨ ਲੈਣਗੇ ਕਿ ਠੀਕ ਹੈ ਘੱਟੋ ਘੱਟ ਜਾਂਚ ਹੋਈ ਸੀ। ਅਤੇ ਜੇਕਰ ਦੋਸ਼ੀ ਪਾਇਆ ਗਿਆ ਤਾਂ ਉਹ ਤਾਂ ਫਿਰ ਕਾਨੂੰਨ ਦੇ ਹਿਸਾਬ ਦੇ ਨਾਲ ਹੈਗਾ ਹੀ ਆ, ਪਰ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਸੋ ਜੇਕਰ ਸਰਕਾਰ ਇਸ ਤਰ੍ਹਾਂ ਦੇ ਮਾਮਲਿਆਂ ਦੀ, ਘਪਲਿਆਂ ਦੀ ਨਿਰਪੱਖ ਜਾਂਚ ਕਰਾਏ ਤਾਂ ਇਹ ਸਰਕਾਰ ਦਾ ਹੀ ਫਾਇਦਾ, ਜਿਹੜੇ ਜਨਤਾ ਹੈ ਪੰਜਾਬ ਦੀ ਉਹਦਾ ਵਿਸ਼ਵਾਸ ਹੈ ਜਿਹੜਾ ਸਰਕਾਰ ਦੇ ਵਿੱਚ ਉਹ ਹੋਰ ਵਧੇਗਾ। ਹੁਣ ਇਸ ਤਰ੍ਹਾਂ ਕਰ ਰਹੀ ਹੈ ਸਰਕਾਰ, ਤਾਂ ਹੁਣ ਵਿਸ਼ਵਾਸ ਘਟਾ ਲੈਂਦੀ ਹੈ ਫਿਰ ਸਰਕਾਰ। ਇਸ ਤਰ੍ਹਾਂ ਚਾਹੀਦਾ ਕਿ ਜਿਹੜੀਆਂ ਲੋਕ ਆਵਾਜ਼ ਚੁੱਕਦੇ ਨੇ ਉਹਨਾਂ ਦੀ ਗੱਲ ਨੂੰ ਰੱਖ ਕੇ ਦੇਖਣਾ ਚਾਹੀਦਾ, ਸੋਚ ਕੇ ਦੇਖਣਾ ਚਾਹੀਦਾ ਕਿ ਲੋਕ ਪੰਜਾਬ ਦੇ ਜਾਂ ਦੇਸ਼ ਦੇ ਲੋਕ ਕੀ ਚਾਹੁੰਦੇ ਨੇ। ਇਹ ਨਹੀਂ ਕਿ ਜਿਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਜੀ ਕਿ ਹਰ ਐਤਵਾਰ ਨੂੰ ਹਮ ਜਾਏਂਗੇ ਰੇਡੀਓ 'ਤੇ ਅਤੇ ਮਨ ਕੀ ਬਾਤ ਕਰੇਂਗੇ, ਅਤੇ ਉਹ ਰੇਡੀਓ ਵਧੀਆ ਜੀ, ਕਿਸੇ ਨੇ ਅੱਗੇ ਉਸ ਨਾ ਤਾਂ ਕਿਸੇ ਨੇ ਟੋਕਣਾ, ਨਾ ਕਿਸੇ ਨੇ ਸਵਾਲ ਕਰਨਾ, ਅਸੀਂ ਆਪਣੀ ਮਨ ਦੀ ਗੱਲ ਕਰੀ ਜਾਣੀ ਆ, ਉਹ ਘੰਟਾ ਡੇਢ ਘੰਟਾ ਅਸੀਂ ਵਧੀਆ ਜਿਹਾ ਲਾ ਕੇ ਅਤੇ ਫਿਰ ਅਸੀਂ ਵਾਪਸ ਆਪਣੇ ਘਰ ਨੂੰ ਹੋ ਲਈਦਾ। ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਕਿਹਨੇ ਸੁਣਿਆ ਕਿਹਨੇ ਨਹੀਂ ਸੁਣਿਆ। ਸੋ ਇਸ ਕਰਕੇ ਲੋਕ ਤਾਂ ਹੁਣ ਇਹ ਕਹਿ ਰਹੇ ਨੇ, ਅਕਾਲੀ ਦਲ ਦਾ ਵੀ ਬਿਆਨ ਆਇਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਜਨ ਕੀ ਬਾਤ ਕਰਨੀ ਚਾਹੀਦੀ ਆ, ਮਨ ਕੀ ਬਾਤ ਕਰਨੀ ਹੁਣ ਛੱਡ ਦੇਣੀ ਚਾਹੀਦੀ ਆ। ਪਰ ਉਹ ਕਹਿੰਦੇ ਆ ਕਿ ਜਿਸ ਤਰ੍ਹਾਂ ਦੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਚਾਹੁੰਦੇ ਨੇ ਹੁੰਦਾ ਤਾਂ ਉਸੇ ਤਰ੍ਹਾਂ ਦਾ ਹੀ ਆ, ਅਤੇ ਗੱਲਾਂ ਬਾਤਾਂ ਜਿਹੜੀਆਂ ਉਹ ਹੋਰ ਵੀ ਕਰ ਲਾਂਗੇ ਜੀ। ਮੁਹੰਮਦ ਸਦੀਕ ਸਾਹਿਬ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਨੇ, ਅਤੇ ਉਹਨਾਂ ਤੋਂ ਵਿਚਾਰਿਆਂ ਤੋਂ
संसद के पहुँच नहीं होया गया तो वह कहें कि मोढ़ा मेरा उतर गया सी ते ना मोढ़े करके वह हिल सके ते ना वह मोढ़े करके खेतीबाड़ी कानूनों नू पढ़ सके जिहड़े बिल बने सी। इस ते भी असी थोड़ी बहुती असी ब्रेक तो बाद चर्चा करांगे लेकिन हुण वेला जी सानू रोकना पैना एक निक्के जे ब्रेक तो बाद असी बड़ी जल्दी वापस तुहाडे नाल फिर आके जुड़दे हां जी। तुसीं हैरान तो जरूर हो रहे हो कि एक बंदा पेंट कमीज़ पा के ट्रैक्टर चला रहा है खेती कर रहा है। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।